घर कितने है? मेनू भी बड़ा लगा खलोते है, तेरा यार बड़ा चंगा है आया। मेरा महबूब दुनिया तो चला गया। मेरी थी निभाजी साबरा, एक गंदी सी या चंगी सी है, मेरी थी सी, मेरे दिल का टोटा सी, और तुसी एनू कतल कर दिता है। जे गंदी गी सी ते तुसी मैनु दसते मैं अपनी थी नू अपने घरे लै जांदी। तेरे पुत की तरबियत सही है ना? पूछा सू ना दसा सू, मेरी धी मार सटा सू है? मेरे पुत्र की तरबियत अच्छी है तो सगैरे ते चाण के तेरी धी नू मारिया है। बाजी इंसाफ दा तकाजा ते तद सी ना, जे तुसी उस मुंडे नू भी मार दे, तुसी कल्ली मेरी धी मार छड्डी, एक बिल्ली दा बच्चा नहीं सी, इंसान दी बच्ची सी। कुक मुक नेरा हा तो भज गया, नहीं तो उन दी विलाश आइंदे नाल ही पई होवे आ। अम्मा साबरा, मैं आप दे घर तुहाडे वास्ते चाह रस बनाई बैठा, आके खा पी लो। हाँ नाश्ता कर लो माई, पहले मेरे संग ठोकरे लांदे पे तो तुसी मेनू नाश्ता करवाइंदे। ओ लुका के रखो चाह, जे पराने आए ना उन्होंने करवाया है। ना मां ओ तुहाडे तो मुकदे ते ना पराने आ, तू त्रा देज के मन चाह दे बनवान नाल दो बोरिया रसन दी लाया दी। मेरा पोतरो तुसी इतना सामान लै के आ गए ने, मेरे घर केड़ी जान जमदी पई आई। अम्मा साबरा, जदों शोकी दा प्यो फोत होया ना ते तुसा सोहना नाश्ता करवाया हा, असा सोचा भी एद की असी नाश्ता करवा दिंदे आ, आप बराबर हो जसा। हां असी तुहाडा उधार लेंदे पे आ। छोर साडा मुकाला च कीता तो तुसी वारियां पे लेंदे ने, जदों फलकू मरिया ना ओदो वारियां दे विट्टे ला लविया है। कोई गल नहीं अम्मा, चाचे फलकियर नु मरंदे असी ओंदी वारी नाश्ता करवा ली सा। चबल के यो आंदी नहीं पई। ਤੁਸੀਂ ਇੱਥੋਂ ਫੈਲਲ ਜਾ, ਜਿਹੜੀ ਚੁਗਲੀਆਂ ਰਾਂਵੀਆਂ ਨਾ ਚਾਕਚ ਕਰ ਆਓ। ਬਲੇ ਨਾ ਜਹਾਨ ਹੀ ਕੋਈ ਨਹੀਂ ਮਾਈ ਸਾਹਿਬਰਾ, ਕਿਵੇਂ ਦੀਆਂ ਗੱਲਾਂ ਕਰਦੀ ਪਈ ਆ? ਅਸੀਂ ਤਾਂ ਦੁੱਖ ਦੇ ਪਾਰੋਂ ਆਇਆ ਵੀ ਥੋੜੀ ਫੋਤ ਕੀ ਹੋ ਗਈ, ਨਾਲੇ ਨਾਸ਼ਤਾ ਦਿੱਤੀ ਹੋ ਸਰ, ਤੂੰ ਅੱਗੋਂ ਗੱਲਾਂ ਕਰਨ ਲੱਗ ਪਈ ਹੈ। ਕੋਈ ਗੱਲ ਨਹੀਂ, ਗੱਦੇ ਹੋਣਾ ਦੇਣਾ ਹੋਣਾ, ਮੈਂ ਚਾਹ ਤੇ ਰਸ ਚਾਹ ਕੇ ਬੁਧਰਸ ਸਹੀ ਦੇ ਹਾਂ, ਤੁਹਾਡਾ ਸਵਾਲ ਤਾਂ ਲੱਭ ਸੇ। ਚੱਲ ਜਾ ਬਾਜੀ ਸਾਹਿਬਰਾ, ਚੁੱਪ ਕਰੋ, ਬੰਦੇ ਲਗੇ ਆਂਦੇ ਨੇ। ਓ ਮੇਰਾ ਬੀਬਾ ਯਾਰ, ਓ ਮੈਂ ਇਤਨੀ ਹਿੰਮਤ ਕਿੱਥੋਂ ਲਿਆਉ ਸਾ ਤੇਰੇ ਜਨਾਜ਼ੇ ਨੂੰ ਮੋਟਾ ਦੇ ਵਾਲੀ। सज्जन टर जावन, ओना नु रोटियां बल जांदियां नी। सोनिया सजना, एक बारी उठी मेनू सीने नाल ला, मेरे सीने ही ठंड पवे। मेरा सज्जन मर गया है।
ਤੇ ਅੱਜ ਮੈਂ ਇੱਥੇ ਉਹਦੇ ਘਰ ਦੇ ਵਿੱਚ ਲਾਂਤੀ ਸਦਿੰਦਾ ਪਿਆ। ਜੇ ਜਿੰਦਾ ਹੁੰਦਾ ਤੇ ਮੈਨੂੰ ਕੋਈ ਇੱਥੇ ਲਾਂਤੀ ਸੱਦਾ ਉਹਦਾ ਸਿਰ ਲਾ ਛੱਡਦਾ। ਇਹਦੇ ਜਿੰਦਿਆਂ ਪੁੱਤਰ ਕਦੀ ਤੂੰ ਮੇਰੇ ਇੱਥੇ ਆ ਜਾਂਦਾ ਨਾ ਸਿਰ ਤੇਰਾ ਮੈਂ ਲਾਵਾਂ ਸੂ। ਅਈਏ ਤੁਹਾਡੀਆਂ ਸਖਤੀਆਂ ਦੀ ਵਜ੍ਹਾ ਤੋਂ ਇਹ ਹਮੇਸ਼ਾ ਮੈਨੂੰ ਘਰੋਂ ਬਾਹਰ ਮਿਲਿਆ। ਕਾਫੀ ਦੇਰ ਦੀ ਮੈਂ ਤੇਰੀ ਸੁਣੀ ਜਾਣਾ, ਤੂੰ ਵੀ ਹੁਣ ਇੱਥੋਂ ਘਰੋਂ ਬਾਹਰ ਹੋ ਜਾ। ਉਹ ਸ਼ੌਕੀਆ ਇਹਨੂੰ ਲੈ ਤੇ ਚਲਾ ਜਾ, ਨਹੀਂ ਤੇ ਮੇਰੇ ਤੂੰ ਕਤਲ ਹੁੰਦਾ ਹੀ। ਹਾਂ ਕਰ ਦੋ ਮੈਨੂੰ ਕਤਲ, ਓ ਮੇਰੀ ਗਰਦਨ ਲਾ ਦੋ, ਓ ਮੇਰਾ ਸੀਨਾ ਛਲਦੀ ਹੋਇਆ ਪਿਆ, ਓ ਮੇਰੇ ਕਲੇਜਾ ਪਾਟਿਆ ਪਿਆ, ਇਹਦੀ ਕਬਰ ਵੀ ਮੇਰੀ ਕਬਰ ਦੇ ਨਾਲ ਬਣਾਵਿਆ ਜੇ। ਓ ਅਬਲ ਤਾਂ ਸਾਨੂੰ ਦੋਵਾਂ ਸਜਣਾ ਨੂੰ ਇੱਕੇ ਕਬਰ ਹੀ ਦਫਨਾ ਛੱਡਿਆ। ਲੈ ਜਾ ਲੈ ਜਾ, ਚੱਲ ਮੇਰਾ ਬਿਰਾ ਕਮਲਾ ਨਾ ਬੰਦ, ਤੈਨੂੰ ਨਾਸ਼ਤਾ ਕਰਵਾਵਾਂ। ਉਹ ਉੱਠੀ ਰਮਜ਼ੀ ਮੋਇਆ ਨਾਲ ਨਹੀਂ ਮਰਿੰਦਾ ਹੈਗਾ, ਜਦੋਂ ਤੱਕ ਤੈਨੂੰ ਫੋਨ ਗਿਆ ਨਾ ਕਿ ਤੇਰਾ ਯਾਰ ਮਰ ਗਿਆ, ਉਦੋਂ ਤੋਂ ਤੂੰ ਟੁੱਕਰ ਛੱਡ ਦਿੱਤਾ ਹੈਗਾ। ਚੱਲ ਟੋਰ ਕਿਹੜਾ ਕਰ, ਚੱਲ ਅਗਾ ਟੋਰ। ਇਹਦੇ ਤੂੰ ਬਗੈਰ ਮੇਰਾ ਜੀਵਨ ਕੂੜ ਹੋਇਆ ਖੋਤਾ ਹੈ। ਨਾ ਕੋ ਸੀ ਰਮਜ਼ੀ, ਮੇਰਾ ਵਿਆਹ ਤੈਨੂੰ ਕੋ ਜੋ ਜਸੀ। ਚੱਲ ਟੋਰ ਟੋਰ ਅਗਾ ਟੋਰ। ਵਿੰਦੀ ਪਈਆਂ ਦੀਦੇ ਚੱਲ ਯਾਰ ਵੇਖ ਪਿੱਟਦਾ। ਚੰਗਾ ਕੀਤਾ ਤੁਸੀਂ ਇਹਨੂੰ ਕਤਲ ਕਰ ਦਿੱਤਾ। ਐਡੀਆਂ ਐਡੀਆਂ ਭੈੜੀਆਂ ਸ਼ਕਲਾਂ ਵਾਲੇ ਬੰਦਿਆਂ ਦੇ ਨਾਲ ਇਹਦੇ ਤਲਕ ਸਨ। ਮੈਂ ਤਾਂ ਇਹ ਵੀ ਲੱਗਦਾ ਪਿਆ ਜਿਵੇਂ ਇੱਥੇ ਪਿੱਟਦਾ ਪਿਆ ਇਹਦੀ ਕਬਰ ਚ ਨਾ ਵੜ ਜਾਵੇ। ਜਦੋਂ ਮਿਲਦਾ ਸੀ ਨਾ ਮੈਂ ਕੋਲ ਕੋ ਨਹੀਂ ਆਸੂ, ਹੁਣ ਮੈਂ ਕਬਰ ਹੀ ਪੱਕੀ ਕਰਾ ਦੇਸਾਂ, ਵੇਖਸਾਂ ਕਿਵੇਂ ਕਬਰ ਚ ਵੜਦਾ। ਬੂਤਨਾ ਮੈਂ ਤੈਨੂੰ ਆਂਦੀ ਪਈ ਆ ਚੀਮੇ ਨੂੰ ਘਰੇ ਗਲਾ ਚਾ ਉਤੂ ਪੁਲਾ ਸਾਵਣ ਵਾਲੀ ਏ ਇਹਨੂੰ ਫੱਦਣ ਵਾਸਤੇ। ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਬੂਤਨਾ ਕੇ ਘਰੇ ਵੀ ਬੈਠਾ ਤੇ ਆਪਾਂ ਨੂੰ ਕਿਸੇ ਬਿਮਾਰ ਤੇ ਚੜ ਜਾਸੇ। ਬੇਗਮ ਜੀ ਉਹ ਚਾਹ ਪੀਤੀ ਬੈਠਾ ਉਹਨੂੰ ਹੌਲੀ ਜੇ ਮੈਂ ਨਾ ਬਾਈ ਆਪਦੇ ਘਰ ਜਾ। ਉਹ ਮੈਨੂੰ ਵੀ ਪਤਾ ਜੇ ਜੁਰਮ ਕੀਤਾ ਪੁਲਸਾਂ ਤਾਂ ਆਉਣਾ ਹੀ ਆਉਣਾ। ਅੱਗੇ ਇਹਨਾਂ ਦੇ ਘਰੇ ਥੋੜੀਆਂ ਚਾਹਵਾਂ ਪਈਆਂ, ਜ਼ਰੂਰ ਇਸ ਆਪਣੇ ਘਰੇ ਆਉਣਾ। ਇਦੂ ਪੈਦੂ ਕਿਸੇ ਵੇਖ ਲਿਆ ਨਾ ਤਾਂ ਉਹਨਾਂ ਆਖਣਾ ਇਸ ਕਤਲ ਦੇ ਵਿੱਚ ਬੂਤਨੇ ਦਾ ਵੀ ਹੱਥ ਹੈ। ਚੁੱਪ ਰੱਖ ਮੈਨੂੰ ਪਿਆਰ ਨਾਲ ਇੱਥੇ ਚੁਕੇਨਾ, ਜ਼ਿਆਦਾ ਖਫਕੀ ਕੀਤੀ ਨਾ ਅੱਗੋਂ ਸਵਾਣੀ ਦਾ ਕਿਹਾ ਵਧੋ ਉਹਨੂੰ ਆਪਣੇ ਗੱਲ ਪੈ ਜਾਵੇ। ਲੈ ਆਪਣੇ ਘਰ ਐਵੇਂ ਪੈ ਜਾਵੇ ਸਵਾਣੀ ਉਹਦੀ ਗੰਦੀ ਆਈ ਤਾਂ ਸਤਾਮ ਮਾਰੀ ਸਾਡੇ ਗੱਲ ਪੈ ਕੇ ਤਾਂ ਵੇਖੇ। ਚੁੱਪ ਰੱਖ ਟੱਕਰ ਪੁਰਾਣੇ ਤੇਰੇ ਬੂਹੇ ਤੇ ਬੈਠੋ ਸਨ, ਤੂੰ ਸਾਡਾ ਘਰ ਮਾਲ ਕੇ ਬੈਠਾ, ਤੂੰ ਅੱਲਾ ਦੇ ਬੰਦੇ ਜਾ ਕੇ ਉਹਨਾਂ ਨੂੰ ਟੱਕਰ। ਯਾਰ ਮੈਂ ਆਦੀ ਗੈਰਤ ਤੂੰ ਆਦੀ ਰਨ ਮਾਰਤੀ ਏ ਗੰਦੀ ਆਈ ਤੇ ਲੋਕੀ ਮੈਨੂੰ ਕੀ ਆਖਣ ਵੀ ਉਹ ਬੰਦਾ ਬੈਠਾ ਜਿੰਦੀ ਰਨ ਪੇਸ਼ਾ ਕਰਦੀ ਹੈ। ਪੇਸ਼ਾ ਤੇਡਾ ਕੋਈ ਨਾ ਇੱਕ ਰਹਿੰਦੀ ਬਸ ਬਾਅਦ ਨਾਲ ਬਦਨਾਮ ਬੁਰਾ। ਜਿਹੜੀ ਗੱਲ ਤੋਂ ਤੁਸੀਂ ਡਰੇ ਖੜੇ ਜੇ ਨਾ ਉਹ ਗੱਲ ਤੋਂ ਨਾ ਡਰੋ ਵੀ ਕਿਹਦੀ ਪੁਲਿਸ ਇੱਥੇ ਆ ਜਾ ਸੀ ਤੇ ਸਾਨੂੰ ਪੁਲਿਸ ਫੜ ਲਈ ਸੀ। ਭਾਈ ਮੈਂ ਗੈਰਤ ਤੂੰ ਕਤਲ ਕੀਤੀ ਹੈ, ਮੈਂ ਕਬਾਲੇ ਜੁਰਮ ਕਰ ਲੈਣਾ ਵੀ ਮੈਂ ਮਾਰੀ ਹੈ ਭਾਈ ਮੇਰੇ ਫੜ ਲੈ ਜਾ। ਐਵੇਂ ਬਾਹੂ ਇਹ ਵਕੂਵਾ ਹੋਇਆ ਕਿਵੇਂ ਆ, ਪਰ ਦਫਾ ਕਰੀ ਅੱਗੇ ਤੇ ਪੀਤੀ ਬਣਾਵੇ। ਪੀਤੀ ਤਾਂ ਮੈਂ ਬੰਦਾ ਸੀ ਮੇਰੀ ਭੈਣ, ਪਰ ਲੋਕੀ ਮੈਨੂੰ ਮਿਹਣੇ ਮਾਰਦੇ ਹਨ ਵੀ ਕਿੱਡਾ ਤੇਰਾ ਕੱਦ ਹੈ ਤੇਰੀ ਰਨ ਨਗਾ ਬੰਦਿਆਂ ਨੂੰ ਮਿਲਦੀ ਹੈ। ਮੈਂ ਆਦੀ ਖੈਰਤ ਤੂੰ ਨੂੰ ਮਾਰਿਆ। ਕਿਵੇਂ ਮਾਰਿਆ ਕਿਵੇਂ ਸਾਨੂੰ ਇਹ ਤਾਂ ਦੱਸ। ਮਾਰਿਆ ਮੈਂ ਐਵੇਂ ਬਹੁ, ਹਾਂ ਤਿੰਨ ਚਾਰ ਦਿਨ ਹੋ ਗਏ ਹਨ, ਡੇਲੀ ਉੱਠ ਕੇ ਵਗ ਜਾਂਦੀ ਹੈ, ਮੈਂ ਇਕੱਲਾ ਉੱਠਦਾ ਤੇ ਵੇਹਦਾ ਤੇ ਬਿਸਤਰੇ ਤੇ ਕੋਈ ਨਹੀਂ ਹੁੰਦੀ ਹੈ। ਮੈਂ ਤਾਂ ਕਿਤੇ ਕੀ ਜੇ ਮੈਂ ਮਗਰ ਜਾਂਦਾ ਹੈ ਨਾ ਤੇ ਉਹ ਕਿੱਕਰ ਥੱਲੇ ਬੈਠੀ ਹੁੰਦੀ ਹੈ ਇੱਕ ਬੰਦੇ ਕੋਲ। ਦੋ ਕੁ ਦਿਨ ਤਾਂ ਮੈਨੂੰ ਕੁਛ ਨਹੀਂ ਆਖਿਆ, ਮੈਂ ਕਿਹਾ ਚਲੋ ਮਿਲ ਲਵੇ ਆ ਹੀ ਜਾਂਦੀ ਘਰ। ਤ੍ਰੀਏ ਦਿਨ ਉਹਨੂੰ ਜਾ ਕੇ ਮੈਂ ਨਾ ਵੇਖਿਆ ਤੇ ਮੁੜ ਉੱਠ ਕੇ ਉੱਥੇ ਗਈ ਬੈਠੀ। ਤ੍ਰੀਏ ਦਿਨ ਉਹਦੇ ਮੈਂ ਮਗਰੇ ਲਗਾ ਗਿਆ ਤੇ ਮੈਂ ਉੱਥੇ ਮਾਰਤਾ ਤੇ ਬੰਦਾ ਉਹ ਭਾਜ ਗਿਆ। ਤੇ ਬੰਦਾ ਵੀ ਕੋਈ ਪਛਾਣ ਚ ਆਇਆ ਹੀ ਕੋਈ ਨਾ? ਬੰਦਾ ਹੀ ਨਹੀਂ ਪਛਾਣ ਚ ਆਉਂਦਾ ਪਿਆ, ਇਹੋ ਤਾਂ ਮਸਲਾ ਬਣਿਆ। ਮੇਰੀ ਭੈਣ ਉਹਨੇ ਮੂੰਹ ਵਲੇਟਿਆ ਹੋਇਆ ਚਾਦਰ ਨਾਲ। ਸਿਆਣਾ ਸ਼ਿਕਾਇ ਉਤਨਾ ਚੀਮਾ ਇੱਥੇ ਬੰਦਾ ਤੇ ਇਹਨੂੰ ਬਾਂਧ ਦੇ ਤੇ ਆਪਾਂ ਦੋਵੇਂ ਚਲੀਏ ਮਾਈ ਸਾਬਰਾ ਨੂੰ ਪਰਚਾਵੀਏ, ਮੁੜ ਉਸ ਤੋਂ ਉਲਾਮੇ ਦੇਵਣੇ ਨੇ ਆਪਾਂ ਨੂੰ। ਹਾਂ ਹਾਂ ਚਲੀਏ ਪਰਚਾਵੇਂ। ਹਾਂ ਤੁਸੀਂ ਉਹਨੂੰ ਪਰਚਾਓ ਤੇ ਮੈਂ ਇੱਥੇ ਬੈਠਾ ਤੁਹਾਡੇ ਘਰ। ਯਾਰ ਤੂੰ ਇੱਥੇ ਲਾਜ਼ਮੀ ਬਾਣਾ, ਤੂੰ ਵੀ ਸਾਡੇ ਰਲੇ ਆ ਜਾ। ਮੈਂ ਰਲੇ ਨਹੀਂ ਹੁੰਦਾ ਯਾਰ, ਹਾਲੇ ਤੱਤਾ ਤੱਤਾ ਕੰਮ ਹੈ, ਮੇਰਾ ਠੰਡਾ ਹੋ ਲਵੇ ਤੇ ਮੈਂ ਜਾਣਾ। ਇੱਕ ਵਾਰੀ ਉਹਨੂੰ ਤੁਸੀਂ ਦਫਨਾ ਹੋ ਨਾ। ਚਲੋ ਠੀਕ ਹੈ ਬੇ ਬਹੁ, ਮੇਰਾ ਬਿਰਾ ਅੰਦਰ ਹੋ ਬਾਈ ਲਾ ਕਾਪਰਾ। ਚਲੋ ਠੀਕ ਮੈਂ ਅੰਦਰ ਬਾ। ਤੇਰੀ ਬਈ ਇਹਨਾਂ ਨਾਲ ਵਾਕਫੀਅਤ ਕਿਵੇਂ ਬਣੀ? ਓਏ ਫੇਰਾ ਹੁੰਦਾ ਬਚਪਨ ਦਾ ਪਿਆਰਾ। ਓਏ ਹੋਏ ਹੋਏ ਤੇ ਤੂੰ ਰਹਿੰਦਾ ਕਿੱਥੇ ਹੈ? ਰਹੀਮ ਯਾਰ ਖਾਨ ਦੇ ਨਾਲ ਹੈ ਬੰਗਲਾ ਮੰਠਾਰ, ਉਹਦੇ ਨਾਲ ਚੱਕ ਬਿਤਾਲੀ ਹੈ ਉੱਥੇ ਰਹਿਣਾ। ਮੇਰਾ ਵੀਰਾ ਇਤਨੀ ਦੂਰੋਂ ਆਏ ਹੋ? ਬਸ ਮਣੀ ਮੈਂ ਹੀ ਹੈ, ਸੱਜਣਾ ਪਿੱਛੇ ਆਉਣਾ ਪੈਂਦਾ ਹੈ। ਸੱਚਾ ਹੈ? ਟੈਲੀਫੋਨ ਤੇ ਸਾਰੀ ਸਾਰੀ ਰਾਤ ਮੇਰੇ ਨਾਲ ਗੱਲਾਂ ਕਰਦੇ ਆ ਰਹਿਣਾ, ਸਾਰੀ ਸਾਰੀ ਰਾਤ। ਬਰਜਾਈ ਤੁਹਾਡੀ ਲੜਦੀ ਆਈ ਮੇਰੇ ਨਾਲ, ਇੰਨਾ ਨਾ ਜਾ ਗਿਆ ਕਰ, ਮੈਂ ਆਖਣਾ ਨਹੀਂ।
मैं तैनू छड़ सकना ए आधे यार नु नहीं छड़ सकता यार भला किथे छुड़दे ने ओए होए यराना बड़ी कुत्ती चीज आई हर शाह छुड़ा देंदा मेरा भरा इना दोवां दे प्यार दे हत्थू मैं ता मजबूर हो गई आई जिन मैं रोकदी आई कि ओदे ना क्या कर ना रابطہ कीता कर ए बिना दा मैं ते इंतलाक दे दे साडे यार नु नहीं छड़ सकदा मेरी जान उंदे च वसदी हैगी है चंगा कीता है शाबाश बहन तेरे जिगरे नु जिन्ने इतना कुछ बर्दाश्त कीता ते मोड़ भी नाल आई बैठी है जिन्ना आप दा घर बनावना होवे ना ओ बड़ा बड़ा कुछ बर्दाश्त कर दिया पर मैं बर्दाश्त कोई नहीं करना मत तेरी भूल होवे जिवें आए छोर बर्दाश्त कीती बैठी तू भी कर लेसे ना 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 मेरी बहन सजना नु सजना तो जुदा ना करे मेरा भिरा तेरी समाणी दा इतना जिगरा है जेड़ा इतना कुछ बर्दाश्त करके तेरे नाल आई बैठी है हर समाणी दा इतना जिगरा नहीं होंदा ए भी गल तेरी सच्ची है तू रो जरूर पर मेरा भिरा इतना उच्चा ही ना रो चीमा ही बड़ा गंदा जिहा बंदा ओ ना होवे ओ तैनू नाल रगड़ी खलोवे तेरी गल सही है पर मेरे कोल सबर नहीं होंदा पे दोस्ता मेरा भिरा सबर तेनू करना पौसी नहीं ते उंदी रूह तंग होसी गी ए गल तुहाडी ठीक है मुड़ सारिया गल्ला साडिया ठीक ने मुड़ अमल भी कर नाए मैनू किसे चीमे तू किसे वड़ाज तू किसे राई तू डरावण दी लोड़ कोई नहीं मैं किसे भी जात आले बंदे को डरदा नहीं मैं सिर्फ रब दी जात तू डरदा वे मेरा भिरा ओ साडे गवाडी हैगे ने असीं उहनूं चंगे तरीके नाल जानने बड़ा कुत्ता जिहा बंदा है मेरा साईं तेनू सिर्फ तला देंदा पिया चलो ठीक है चंगा कीता मियां इतला दित्ती मैं कोशिश कर सक कि मैं सबर करा पर मुड़ भी ना आपने सीने ते एट रख के थोड़ा जिहा सबर कर रजाई और लेनी चा ना मेरी बहन मेहरबानी चलिए मोड़ आ जा चल मोड़ मैं भी हो आवा झटे काए ए भी यकीन करना तू भी बिराई है तेरे मुंह नु चा पीती है ਨੇ ਤਾਂ ਚਾਹ ਸਾਗ ਤੋਂ ਠਲਾਂਦੀ ਨੇ ਓਏ ਅੱਗੇ ਤੇਰੀ ਸਵਾਨੀ ਆਉਂਦੀ ਪਈ ਭਈ ਰਾਤੀ ਵੀ ਤੂੰ ਰੋਟੀ ਨਹੀਂ ਖਾਦੀ ਜੇ ਹੁਣ ਵੀ ਤੂੰ ਨਾਸ਼ਤਾ ਨਾ ਕਰਿਆ ਤੇਰੇ ਸਿਰ ਨੂੰ ਤਾਂ ਗੈਸ ਚੜ ਜਾਣਾ ਹੋਰ ਤੂੰ ਡਿੱਗਾ ਪਿਓ ਆ ਮੇਰਾ ਭਰਾ ਸਹੀ ਗੱਲ ਹੈ ਤੇਰੀ ਮੇਰੇ ਸਾਈਂ ਤੇ ਜਦੋਂ ਤੂੰ ਸੁਣਿਆ ਮੇਰੇ ਸਾਈਂ ਤਾਂ ਪਾਣੀ ਵੀ ਨਹੀਂ ਪੀਤਾ ਤੁਹਾਡੇ ਘਰੋਂ ਚਾਹ ਦੀ ਪਿਆਲੀ ਪੀਤੀ ਐ ਇਸੋ ਚਲੋ ਚੰਗਾ ਕੀਤਾ ਚਾਹ ਤਾਂ ਗੋਟ ਪੀ ਲੈ ਤਾਜ਼ਾ ਜਿਹਾ ਹੋ ਗਿਆ ਆਜੋ ਯਾਰ ਬਿਨਾ ਕੀ ਜੀਣਾ ਓਏ ਹੋਏ ਹੋਏ ਤੈਨੂੰ ਸਹਾਰਾ ਦੇ ਸ਼ੋਕੀ ਥੋੜਾ ਜਿਹਾ ਔਰ ਬਾਜਾ ਓ ਫਲਕ ਸ਼ਰਾ ਅਸੀਂ ਕਲੋਨ ਦੇ ਤੂੰ ਮਜਬੂਰ ਆ ਤੇ ਮੁੰਡਾ ਆਪਣਾ ਪੇਸ਼ ਕਰ ਸਰ ਮੁੰਡਾ ਮਿਲਦਾ ਨਹੀਂ ਪਿਆ ਉਹ ਮਿਲ ਜਾਏਗਾ ਨਾ ਤੇ ਮੈਂ ਪੇਸ਼ ਕਰ ਦੇਵਾਂਗਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਜਾਂ ਤਾਂ ਸਾਨੂੰ ਉਹਦੀ ਗ੍ਰਿਫਤਾਰੀ ਦੇ ਅਗਰ ਉਹਦੀ ਨਹੀਂ ਹੋ ਸਕਦੀ ਫਿਰ ਤੂੰ ਸਾਡੇ ਨਾਲ ਥਾਣੇ ਚੱਲੇਗਾ ਮੈਂ ਆਪਣੇ ਸਾਈਂ ਨੂੰ ਥਾਣੇ ਨਹੀਂ ਜਾਣ ਦੇਵਣਾ ਮੇਰੀ ਨੋ ਗੰਦੀ ਆਈ ਤੇ ਮੇਰੇ ਪੁੱਤਰ ਗੈਰਤ ਚ ਆ ਕੇ ਇਹਨੂੰ ਮਾਰ ਛੱਡਿਆ ਸਾਡਾ ਕੀ ਕਸੂਰ ਹੈ ਨੋ ਗੰਦੀ ਆਈ ਜਾਂ ਚੰਗੀ ਆਈ ਤੁਹਾਡਾ ਹੱਕ ਇਹ ਨਹੀਂ ਬਣਦਾ ਸੀ ਤੁਸੀਂ ਇਹਨੂੰ ਕਤਲ ਕਰ ਦਿਓ ਜ਼ਿਆਦਾ ਤੰਗ ਸੀ ਤੁਹਾਨੂੰ ਤਲਾਕ ਦੇ ਦਿੰਦੇ ਸ਼ੋਰ ਨੂੰ ਕਤਲ ਕਰਾ ਤੇ ਤੂੰ ਆਖੀ ਜਾਂਦੀ ਹੈ ਵੀ ਨੋ ਮੇਰੀ ਗੰਦੀ ਆਈ ਤੇਰੀ ਭੈਣ ਆਉਂਦੀ ਅਈਓ ਜਾਈ ਗੰਦੀ ਤੇ ਤੂੰ ਬਰਦਾਸ਼ਤ ਕਰ ਲਵੇਂ ਮੁਰ ਸੀਨੇ ਨਾ ਲਾ ਕੇ ਟਰੋਵਾ ਓ ਮਾਈ ਕਾਨੂੰਨ ਨੂੰ ਹੱਥ 'ਚ ਨਾ ਲੈ ਮੈਨੂੰ ਤਾਂ ਲੱਗਦਾ ਹੈ ਜਿਹੜੀ ਮਾਈ ਹੈ ਨਾ ਇਹ ਆਪਦੇ ਪੁੱਤਰ ਦੇ ਨਾਲ ਪੂਰੇ ਕਤਲ ਦੇ ਸ਼ਰੀਕ ਹੈ ਇਹਨੂੰ ਵੀ ਨਾਲ ਲੈ ਚੱਲਨੇ ਹਵਾ ਲਾ ਦੇ ਜਦੋਂ ਕਰਾਂਗੇ ਨਾ ਬੰਦ ਤੇ ਤੁਹਾਨੂੰ ਲੱਗ ਜਾ ਸਿਰ ਸੂਰਾ ਮੈਨੂੰ ਹੱਥ ਨਾ ਲਵੇ ਮੈਂ ਰਾਨੇ ਕੋ ਪੱਤੀ ਜਾਈ ਨਹੀਂ ਤਾਂ ਮੈਂ ਤੇਰੇ ਤੇ ਭੁਗੇ ਜੱਸਾ ਜਿਹੜਾ ਪੁਲਾ ਸਾਲਾ ਮੇਰੀ ਨੋਹ ਦੇ ਨਾਲ ਬੈੜਾ ਹਾਂ ਅੱਲਾ ਖੈਰ ਤੇ ਬੇੜੇ ਪਾਰ ਓ ਮਾਈ ਤੇਰਾ ਪੰਨਾ ਚਵੇ ਇਹ ਕੀ ਕਹੀ ਜਾਨੀ ਹੈ ਮੈਂ ਸਹੀ ਆਂਦੀ ਪਈ ਆ ਮੂੰਹ ਤੁਹਾਡਾ ਸੋਨਾ ਜਿਹੜਾ ਸਾਨੂੰ ਬਾਤ ਕਰਾ ਜਾਸ ਓ ਸਾਡੀ ਔਰਤਾਂ ਬਹਿਸ ਕਰਨੀ ਛੱਡੋ ਬੰਦੇ ਨਾਲ ਗੱਲ ਕਰੋ ਓ ਫਲਕ ਸ਼ਰਾ ਗੱਲ ਸੁਣ ਲੈ ਮੇਰੀ ਜਾਂ ਮੈਨੂੰ ਮੁਲਜ਼ਮ ਦੇ ਜਾਂ ਉਹਦੀ ਜਗ੍ਹਾ ਤੇ ਬੰਦਾ ਦੇ ਸਾਡੀ ਮਜਬੂਰੀ ਹੈ ਸਰ ਜੀ ਮੈਨੂੰ 1 ਘੰਟੇ ਦਾ ਟਾਈਮ ਦੇ ਦਿਓ ਮੈਂ ਜਨਾਜ਼ਾ ਕਰਾ ਲਾਂ ਉਸ ਤੋਂ ਬਾਅਦ ਮੈਂ ਮੁਲਜ਼ਮ ਲੱਭ ਕੇ ਤੁਹਾਨੂੰ ਦੇ ਦੇਵਾਂਗਾ 1 ਘੰਟੇ ਦਾ ਤੇਰੇ ਕੋਲ ਟਾਈਮ ਹੈ ਮੁਲਜ਼ਮ ਪੇਸ਼ ਕਰ ਦੇ ਨਹੀਂ ਤਾਂ ਮੈਂ ਤੈਨੂੰ ਚੁੱਕ ਕੇ ਲੈ ਜਾਵਾਂ ਸਰ ਤੁਹਾਡੀ ਮਿਹਰਬਾਨੀ 1 ਘੰਟੇ ਦਾ ਟਾਈਮ ਦੇ ਰਹੇ ਹੋ ਅਗਰ ਬੰਦਾ ਨਾ ਮਿਲਿਆ ਮੈਂ ਖੁਦ ਉੱਥੇ ਹਾਜ਼ਰ ਹੋ ਜਾਵਾਂਗਾ ਬਿਲਕੁਲ ਠੀਕ ਹੈ ਨੰਮੀ ਹਵਾਲਦਾਰ ਯੈਸ ਸਰ ਚਲੋ ਚਲਿਏ ਆ ਜਾਓ ਮੂਤਨਾ ਵੇਖਦਾ ਪੈਨ ਚਾਲਾ ਪੁਲਸ ਵਾਲੇ ਤਾਂ ਫਲਕ ਸ਼ੇਰ ਨੂੰ ਚਾਵਣ ਨੂੰ ਵਧੇ ਨਾ ਤੇ ਚੀਮਾ ਆਪਣੇ ਘਰੇ ਵੜਿਆ ਬੈਠਾ ਹਾਹਾ ਉਹ ਚਾਚਾ ਫਲਕ ਸ਼ੇਰ ਜਿਹੜਾ ਤੇਰਾ ਪੋਤਰੇ ਚੀਮੋ ਸਾਡੇ ਘਰ ਬੈਠਾ ਉਸ ਦੂਸ ਜਿਆ ਨੂੰ ਇੱਧੇ ਲਾਇਆ ਇਦਾਂ ਆ ਸਿਰ ਰਗੜੀਨੇ ਆ ਉਹ ਤੁਹਾਡੇ ਘਰੇ ਬੈਠਾ ਉਹ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਚਾਚਾ ਫਲਕ ਸ਼ੇਰ ਤੈਨੂੰ ਕੀ ਹੋ ਗਿਆ ਪੁਲਸ ਵਾਲਿਆਂ ਦੇ ਸਾਹਮਣੇ ਅਸੀਂ ਦੱਸ ਕੇ ਅਸੀਂ ਆਪ ਚ ਨਹੀਂ ਹੋਣਾ ਹਾਂ ਪੁਲਸਾ ਤੁਹਾਡੇ ਮੂੰਹ ਤੇ ਡੁਕੀਆਂ ਖਲੇ ਅੱਜ ਉਹਨੂੰ ਮੈਂ ਆਖ ਦਿੰਦਾ ਵੀ ਕਾਤਲ ਸਾਡੇ ਘਰ ਬੈਠਾ ਉਹ ਸਾਨੂੰ ਰਲੇ ਦਾਬਲ ਜਾਵੇ ਨਾ ਆਵੇ ਤੁਰੀ ਆਲਿਆ ਪਰ ਚਾ ਤੂੰ ਸਾਡੇ ਤੇ ਕਰਵਾਇਆ ਮੇਰੀ ਭੈਣ ਮੈਂ ਤਾਂ ਕੋ ਨਹੀਂ ਕਰਵਾਇਆ ਮੇਰੇ ਪੁੱਤਰ ਕਰਵਾਇਆ ਹੋਵੇ ਤਾਂ ਮੈਨੂੰ ਨਹੀਂ ਪਤਾ ਜਦੋਂ ਕੋਈ ਕਤਲ ਹੋ ਜਾਂਦਾ ਨਾ 15 ਤੋਂ ਲੋਕ ਕਾਲ ਕਰ ਦਿੰਦੇ ਨੇ ਪੁਲਸਾਂ ਆਪੇ ਆ ਜਾਂਦੀਆਂ ਨੇ ਮਾਸੀ ਸਾਹਿਬ ਨਾ ਹੁਣ ਤਾਂ ਡਰਨ ਦਾ ਫਾਇਦਾ ਹੀ ਕੋਈ ਨਹੀਂ ਤੂੰ ਸਮਿਤ ਬਾਲੜੀ ਮਸ਼ੂਮਣੀ ਨਾਲ ਘੋਰ ਗੱਤਿਆ ਹੈ ਬਾਣੀ ਮਸ਼ੂਮਣੀ ਦੇ ਘੋਰ ਚ ਗੱਤਿਆ ਨੇ ਸਾਡ ਨਾਲ ਬਾਣੀ ਮਸ਼ੂਮਣੀ ਖੈਰ ਗੁਜ਼ਾਰੀਏ ਹਰ ਰੋਜ਼ ਤਾਂ ਫਦਿੰਦੀ ਰਹੀਏ ਇੱਕ ਤਾਂ ਸ਼ੇਖ ਇੱਥੇ ਆਣ ਕੇ ਪਿੱਟਦਾ ਰਿਹਾ ਉਹ ਕੌਣ ਆ
खलो जा तू आ टाइम टपा मोड़ा पैं को पुछ सा नहीं मेरे को टाइम टपाया जाता चाचा होश कर थोड़ी देर इतने खलो चुप रमजी उतना उठी खलो रोला मैंने कोई होर लगता ही तू आनी मैं आधे पेके घर भाग जावा बस होर गल कोई नहीं तेन पता नहीं मैं तो शक कोई और प्या खलोता है मेरी गल मन को तो उठी खलो तेन एवं शक पाते रहते तेरा अकल खुती चे मेरे सुन सजना मेरे चन मखना चाचा जानी कर अल्लाह का ना ही चुप करके खलो जा पुत्रा मेरे पोत्रो आ चगा नू दो मिनट पर ला जा मेरे सोने सजना तो मरना हा तो मैं चगल सदी बना नहीं तो जो तक तू जींदा रे मैं अकल मन ते सियाना गिणींदा रे तू जरा कुछ भी करना है मेरे को पूछ के करना मेरे मशवरे नाल करना मेरी गल तू बगैर तू टुरदा नहीं आए बेली तेरी एडी गहरी दुआ सलाम आए दुआ सलाम साडे ते गूढ़े प्यार आन ओए साडे प्यार पुराने आन ओए तुहाडे किन्ने क गूढ़े प्यार आन ओए मैं आधी रन नालों घणी आ मियां तेनू देना मजबूरी तो आधे घर सिर दिती वधिया ही मैं हिम्मत ता फलकू औरां दी जेड़ा इनू पचाई खलन आए नू मेरे को बर्दाश्त नहीं होंदा पिया तो मैं इस बंदे नू फेर मार देना चाचा कैवें दीआं गल्लां करदा पिया भैया थोड़े बूए ते पईए दंदां दे हेठ जुबान दे चुप करके खलोता रहो वे भाई भूतनिया इनू भाईए नू बाहर लै जा हल्ला लै जाना बेलिया चल मेरे घर तेन बोतल बोतल पिवा बोतल पिवा ना मैनू बोतल लवा हूं जेड़ी हालत आई खड़ोती है मेरी रमजी ए तेन क्यों चिकदे फैन मैं जिवें जिवें रोना उन्हां दा आप दा कलेजा पाट के मुंह नूं आउंदा ओह रोना नहीं चाहते जी रहा तां गलू मैनू चिकदे पियो सन मेरा बिरा तू भी थोड़ा रो अखी तू बह जास तू तो बड़ा रोई जाना है मैं की करा मेरे को बर्दाश्त भी नहीं होता पिया ना तेरे को बर्दाश्त होता पिया तो ना उन अगलिया को बड़ा भूतनिया नु बाहर ला जावे इथे को बड़ा नुकसान होता है ओए ना जावे तेन ध्रुव कला जा विला बलू के ला जाओ सर बेठवारा आए देख ला ए तू वाक जा साडी औरतां दी बस बरीक लगी आउंदी ते गैर मरा तू असि 70 ते कदी नहीं बवा दिखता आ रोला ही गैर बंदे नु ओ घरे नहीं बाण देंदे पे तां गलू आंदे पण भी उठी जा गैर में ना वास्ते चल ना यार ओंदे वास्ते गैर कोई ला जावे भैया नु चल चल दरअसल चाचा फलक शेर जेड़ा मोबाइल है ना ये सारिया बुराइयां दी जड़ इन्हें लैके दिता मैं तो कौन लैके दिता मुझे सवाद लेंदे नहीं पाए मोबाइल तो इन्हें कैसे लैके दिता नौ से ड्रामा वेंदिया से पर साढ़े ना ड्रामा कर गई चला मुड़ा आदि कीती भोग दी पाई है चाचा फलाक शेर हो आली लवाई नु मुड़ी काई नहीं है कबर तैयार हो गई है कबर तो तैयार हो गई है ना हजे पुलिस वाले ले जा सन लाश नु ते ओथे पोस्टमार्टम होवेगा उस तो बाद दफनावांगे अच्छा मेरी एडी चंगी सहेली आई ਸਾਡੀ ਇਸ ਗੜ ਦੀ ਮੁਕਬਰੀ ਹੋਈ ਹੈ ਇੱਥੇ ਹੈਗਾ ਚੀਮਾ ਚਲੋ ਫਿਰ ਮੇਰੇ ਪਿੱਛੇ ਵੇਖੋ ਵੇਖੋ ਅੰਦਰ ਅਮਾਰਾ ਦੌਸ਼ਾ ਇੱਥੇ ਅੰਦਰ ਕੀ ਕਰਦਾ ਮੈਂ ਸਰ ਮਸਲਾ ਕੀ ਤੁਹਾਨੂੰ ਮੇਰੀ ਬੀਵੀ ਆਈ ਮੈਂ ਮਾਰ ਦਿੱਤੀ ਉਹ ਮੇਰਾ ਨਹੀਂ ਸਹੀ ਚੱਲਦੀ ਫਿਰ ਨਾ ਸਹੀ ਨਹੀਂ ਚੱਲਦੀ ਕਮਾ ਕੇ ਦਿੰਦੇ ਨਹੀਂ ਉਹ ਬਾਤ ਜੋ ਉਹਨਾਂ ਦੇ ਇਲਜ਼ਾਮ ਲਾ ਕੇ ਕਤਲ ਕਰ ਦਿੰਦੇ ਬਿਗਾਰੇ ਤਾਂ ਆਦਮੀ ਚੱਲ ਚੱਲ ਮੈਂ ਥਰ ਤਫਸ਼ੀਸ਼ ਕਰਾਂ ਲੋਕ ਪਤਾ ਜਾਏਗਾ रमजी ओ जे तेनू बारो बार रोकी जांदे आ कि साडे घर पर्देदार औरतां आवन वाली है
ਹੈਗੀ ਤੇ ਤੂੰ ਬਣਾ ਜਾ ਖਾ ਕੋਈ ਗੱਲ ਨਹੀਂ ਪਰਦੇਦਾਰ ਔਰਤਾਂ ਆਉਂਦੀਆਂ ਤੇ ਆਵਣ ਪਈਆਂ ਮੈਂ ਆਉਂਦੀ ਭਈਆ ਛੱਡ ਕੇ ਨਹੀਂ ਜਾਵਣਾ ਬੰਦੇ ਦਾ ਪੁੱਤਰ ਬਣ ਜਾ ਤੂੰ ਉਹਦੇ ਨਾ ਜਾ ਉਹ ਬੰਦੇ ਬੜੇ ਖਤਰਨਾਕ ਹੈ ਨਿਕਦਾ ਬਰਬੱਟੇ ਨੇ ਪਾੜ ਦੇਣੇ ਦੂਤਨਾ ਤੈਨੂੰ ਲੋੜ ਹੀ ਕਹਿਣੀ ਰੋਕਣ ਦੀ ਇਹਨੂੰ ਜਾਵਣ ਦੇ ਜਿਸ ਉਹਨਾਂ ਦੀ ਦਦਰੀ ਛਿੱਲ ਛੱਡੇ ਨਾ ਤੇ ਆਪੇ ਮੁੜ ਹਟ ਕੇ ਆ ਜਾ ਸੀ ਮੂੰਹ ਲਮਕਾ ਕੇ ਮੈਂ ਤੁਹਾਡੇ ਘਰ ਤਾਂ ਨਹੀਂ ਜਾਂਦਾ ਪਿਆ ਤੁਹਾਡੀ ਐਵੇਂ ਗੈਰਤ ਜਾਗੀ ਖੋਤੀ ਆਦੇ ਸੱਜਣ ਦੇ ਘਰ ਹੀ ਜਾਂਦਾ ਪਿਆ ਉਹਦਾ ਆਖਰੀ ਦੀਦਾਰ ਕਰਨ ਵਾਸਤੇ ਚੱਲ ਚੱਲ ਰਾਜ ਕੇ ਦੀਦਾਰ ਕਰ ਚੱਲ ਸਾਬਰਾ ਨਾ ਰੋ ਕੁਕੀਰ ਆਪਣੇ ਨਾਲ ਐਨ ਗਵਾਈ ਦਿਵਾ ਕੇ ਤੇ ਆਪਾਂ ਛੁਡਾ ਲੈ ਸਾਂ ਮੇਰੇ ਪੋਤਰ ਭਤੀਜਾ ਜਾਂਦਾ ਹੈ ਸਰ ਮਿਹਰਬਾਨੀ ਕਰੋ ਦਫਨਾਵਣ ਦੀ ਸਿਰਫ ਮੋਹਲਤ ਦੇ ਦਿਓ ਉਸ ਤੋਂ ਬਾਅਦ ਮੈਂ ਮੁਲਜ਼ਮ ਨੂੰ ਪੇਸ਼ ਕਰ ਦਿੱਤਾ ਮੈਂ ਤੈਨੂੰ ਇੱਕ ਮਿੰਟ ਨਹੀਂ ਦੇਣਾ ਹੁਣ ਫਲਕ ਸ਼ੇਰਾ ਪਹਿਲਾਂ ਹੀ ਮੁਲਜ਼ਮ ਜਾ ਕੇ ਮੈਂ ਉਹਦੇ ਤੇ ਰੇਡ ਕਰਕੇ ਪਕੜ ਕੇ ਲਿਆ ਤੁਸੀਂ ਆਪਣੇ ਆਪ ਪੇਸ਼ ਨਹੀਂ ਕੀਤਾ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਤੂੰ ਮੈਨੂੰ ਲਈ ਖਲੋਤਾ ਹੈ ਸੀ ਮੇਰਾ ਨਾਂ ਹੀ ਇਹ ਐਸ ਆਈ ਜੱਗਾ ਸ਼ਰੀਫਾਂ ਨਾਲ ਮੈਂ ਸ਼ਰੀਫ ਤੇ ਕਾਤਲਾਂ ਦਾ ਮੈਂ ਅੱਬਾ ਪੁਲਿਸ ਆਈ ਖੜੋਤੀ ਓ ਮੈਂ ਅੱਗੇ ਆਖਾਂ ਮੇਰਾ ਸੋਹਣਾ ਯਾਰ ਜਿਹੜਾ ਉਹ ਆਪੇ ਨੂੰ ਹੀ ਮਾਰ ਸਕਦਾ ਹੈ ਮੈਂ ਇਹਨੂੰ ਕਿਸੇ ਕਤਲ ਕੀਤਾ ਤਾਂ ਪੁਲਿਸ ਆਈ ਖੜੋਤੀ ਅੰਮਾ ਇਹ ਕੌਣ ਜਿਹੜਾ ਬਾਗਾ ਪੱਟੀ ਖੜਾ ਵੇ ਪੁੱਤਰ ਇਹ ਵੀ ਇਹਦਾ ਯਾਰ ਹੈ ਜਿਹੜਾ ਮਈਆ ਤੇ ਆਇਆ ਖੜਾ ਹੈ ਅੱਛਾ ਇਹ ਯਾਰ ਹੈ ਮੈਂ ਇਹਦਾ ਯਾਰ ਹਾਂ ਉਹ ਮੈਂ ਇਹਦਾ ਜਿਗਰੀ ਯਾਰ ਹਾਂ ਜਿਹੜਾ ਇਹਦੇ ਨਾਲ ਸਾਈ ਸਾਹ ਲੈਂਦਾ ਅੱਛਾ ਰਾਤੀ ਤੂੰ ਮੈਨੂੰ ਦੱਸਿਆ ਨਹੀਂ ਤੂੰ ਬਚ ਗਿਆ ਉਹ ਮੇਰਾ ਘਰ ਬਰਬਾਦ ਕਰਨ ਵਾਲਾ ਤੂੰ ਹੈ ਉਹ ਕਾਤਲ ਮੈਨੂੰ ਤੂੰ ਬਣਾਇਆ ਮੇਰੀ ਗੈਰਤ ਦਾ ਦੁਸ਼ਮਣਾ ਇਹਦੇ ਚ ਗੈਰਤ ਵਾਲੀ ਕਿਹੜੀ ਗੱਲ ਹੈ ਬੰਦੇ ਬੰਦਿਆਂ ਨਾਲ ਮਿਲਦੇ ਰਹਿੰਦੇ ਨੇ ਯਾਰ ਯਾਰਾਂ ਨੂੰ ਮਿਲਦੇ ਰਹਿੰਦੇ ਨੇ ਯਾਰ ਯਾਰਾਂ ਨੂੰ ਨਹੀਂ ਮਿਲਦੇ ਰਹਿੰਦੇ ਨਾ ਉਹਦੀ ਰਨ ਨਾਲ ਤਾਂ ਯਰਾਨੇ ਲਾਈ ਰੱਖਣ ਤੇ ਉਸ ਗੈਰਤ ਤੇ ਜਾ ਕੇ ਦੀ ਸੋਹਣੀ ਕਤਲ ਕਰ ਛੱਡੀ ਰਨ ਉਹ ਨਹੀਂ ਮੇਰਾ ਤਾਂ ਯਾਰ ਫੌਤ ਹੋਇਆ ਤੇ ਮੈਂ ਤਾਂ ਉਹਦੀ ਮਈਤ ਤੇ ਆਇਆ ਰਮਜ਼ੀ ਮੈਨੂੰ ਲੱਗਦਾ ਆਪਾਂ ਗਲਤ ਘਰ ਆ ਗਏ ਆਪ ਉਸ ਘਰੇ ਚਲੀਏ ਜਿੱਥੇ ਤੇਰਾ ਯਾਰ ਮਰਿਆ ਹੈ ਮੈਂ ਤਾਂ ਸੀਧਾ ਕਰਮੂ ਦਾ ਜਿਹੜਾ ਫੌਤ ਹੋਇਆ ਉਹਦੇ ਆਇਆ ਮੈਂ ਭਾਈ ਗਲਤ ਫਹਿਮੀ ਨਾਲ ਇੱਥੇ ਆ ਗਿਆ ਹੁਣ ਇਹਦਾ ਤਾਂ ਜਨਾਜ਼ਾ ਕਰਵਾਈ ਜਾ ਨਹੀਂ ਮੇਰੀ ਭੈਣ ਉਸ ਤੋਂ ਉਹਦੇ ਜਾਣੇ ਜਿੱਦੇ ਆਏ ਹੈਗੇ ਆ ਉਹ ਨਾ ਵੇ ਜਿੱਦੇ ਆਏ ਆ ਉਹਨਾਂ ਦਾ ਜਨਾਜ਼ਾ ਹੋ ਜਾਵੇ ਖਬਰਦਾਰ ਹੈ ਤੂੰ ਪੈਰ ਨਾ ਪੱਟੀ ਸਾਹਿਬ ਜੀ ਇਹੋ ਬੰਦਾ ਹੈ ਜਿੱਦੀ ਵਜ੍ਹਾ ਤੋਂ ਮੈਂ ਆਦੀ ਰਾਨ ਕਤਲ ਕੀਤੀ ਗੈਰਤ ਚਾ ਕੇ ਓਲਾ ਜੀ ਇਹਨੂੰ ਅਰੈਸਟ ਕਰ ਲਓ ਖਬਰਦਾਰ ਸੁਗਰੀ ਹੁਣ ਕੀ ਕਰੀਏ ਹੁਣ ਕੀ ਕਰਨਾ ਹੈ ਉਹ ਤਾਂ ਬਕਵਾਸ ਕਰਦੀ ਰਹੀਆਂ ਰੋਲਾ ਕੋਈ ਹੋਰ ਹੈਗਾ ਤੂੰ ਆਖਾਂ ਤੇਰੇ ਤਕਲ ਕੋਣੀ ਤੇਰਾ ਅਕਲ ਤੇ ਖੁੱਤੀ ਚ ਆ ਗਿਆ ਤਰੋਵਣ ਚ ਭੇਜੀਆਂ ਹੀ ਸਾਹਿਬ ਜੀ ਮੈਂ ਤੁਹਾਨੂੰ ਲੈ ਚੱਲਣਾ ਮੇਰਾ ਯਾਰ ਜਿੱਥੇ ਫੌਤ ਹੋਇਆ ਪਹਿਲੇ ਉਹਦੇ ਚੱਲਣੇ ਆ ਤੁਹਾਨੂੰ ਪਤਾ ਲੱਗ ਜਾਸੇ ਮੈਂ ਗਲਤ ਫਹਿਮੀ ਨਾਲ ਇੱਥੇ ਆਇਆ ਗਲਤ ਫਹਿਮੀ ਨਾਲ ਆਇਆ ਜਾਂ ਨਹੀਂ ਆਇਆ ਪਹਿਲੇ ਤੂੰ ਥਾਣੇ ਜਾਵੇਂਗਾ ਲੈ ਚੱਲ ਲਾਡੀ ਨੂੰ ਥਾਣੇ ਲੱਗੇ ਜਦੋਂ ਨੂੰ ਲੈ ਚੱਲ ਥਾਣੇ ਮਾਈ ਸਾਬਰਾ ਮੈਨੂੰ ਲੱਗਦਾ ਹੈ ਬੰਦਾ ਬੇਗੁਨਾਹ ਫਦੀ ਗਿਆ ਫਦੀਵਾਂ ਦੇ ਪੁੱਤ ਰਗਾ ਤੂੰ ਬਾਅਦ ਹੈ ਸਹੀ ਪਤੇ ਤੇ ਜਾਸੀ ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣੇ ਕੇ ਲੀਏ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।